ਮੋਹਾਲੀ ਦੇ ਨੇੜੇ ਇੱਕ ਜ਼ਬਰਦਸਤ ਧਮਾਕਾ ਹੋਇਆ ਜਿਸ ਕਾਰਨ ਗੋਦਾਮ ਦਾ ਲੈਂਟਰ ਡਿੱਗ ਪਿਆ ਹੈ ਤਾਂ ਦੱਸਦੀ ਹੈ ਕਿ ਸਿਲੰਡਰਾਂ ਦੇ ਵਿੱਚ ਬਲਾਸਟ ਹੋਇਆ ਦੱਸਿਆ ਜਾ ਰਿਹਾ ਕਿ ਕੈਟਰਿੰਗ ਦਾ ਕੰਮ ਕਰਦਾ ਸੀ ਵਿਅਕਤੀ ਤੇ ਉਸਨੇ 8 ਤੋਂ 10 ਸਿਲੰਡਰ ਇੱਕ ਥਾਂ ਤੇ ਰੱਖੇ ਹੋਏ ਸੀ ਤੇ ਅਚਾਨਕ ਸਿਲੰਡਰ ਫਟ ਗਏ ਜਿਸ ਕਾਰਨ ਜਿਹੜੀ ਇਮਾਰਤ ਹੈ ਉਹ ਵੀ ਢਹਿ ਢੇਰੀ ਹੋ ਗਈ ਲੈਂਟਰ ਫਟ ਗਿਆ ਤਾਂ ਕੈਟਰਿੰਗ ਦੇ ਲਈ ਇਹ ਗੋਦਾਮ ਬਣਾ ਕੇ ਰੱਖਿਆ ਸੀ ਜਿਸ ਦੇ ਕਾਰਨ ਇੱਕੋ ਥਾਂ ਤੇ ਕਰੀਬ 10 ਸਿਲੰਡਰ ਰੱਖੇ ਹੋਏ ਸਨ ਇਸ ਸ਼ਖਸ ਦੇ ਵੱਲੋਂ ਤਾਂ ਅਚਾਨਕ ਸਿਲੰਡਰ ਫਟ ਜਾਂਦਾ ਹੈ ਤੇ ਧਮਾਕਾ ਜ਼ਬਰਦਸਤ ਹੁੰਦਾ ਹੈ ਤੇ ਕਈ ਸਿਲੰਡਰ ਫਟਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿਉਂਕਿ ਬਲਾਸਟ ਇੰਨਾ ਜ਼ਿਆਦਾ ਸੀ ਕਿ ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ ਤੇ ਨਾਲ ਹੀ ਜਿਹੜੀ ਇਮਾਰਤ ਹੈ ਜਿਹੜੀ ਗੋਦਾਮ ਦੇ ਵਿੱਚ ਇਹ ਸਿਲੰਡਰ ਰੱਖੇ ਸੀ ਉਹ ਵੀ ਢਹਿ ਢੇਰੀ ਹੋ ਗਿਆ ਤਾਂ ਮੋਹਾਲੀ ਦੇ ਮੁੱਲਾਂਪੁਰ ਦਾ ਪਿੰਡ ਤੀੜਾ ਜਿੱਥੇ ਇਹ ਵੱਡਾ ਬਲਾਸਟ ਹੋਇਆ ਹੈ ਧਮਾਕਾ ਹੋਇਆ ਹੈ ਕੈਟਰਿੰਗ ਦਾ ਗੋਦਾਮ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ 8 ਤੋਂ 10 ਦੇ ਕਰੀਬ ਸਿਲੰਡਰ ਪਏ ਸਨ ਤੇ ਅਚਾਨਕ ਇਹ ਸਿਲੰਡਰ ਫਟ ਗਏ ਜਿਸ ਕਾਰਨ ਇਸ ਗੋਦਾਮ ਦਾ ਲੈਂਟਰ ਡਿੱਗ ਪਿਆ ਇਮਾਰਤ ਢਹਿ ਢੇਰੀ ਹੋ ਗਈ ਤਾਂ ਵੀਡੀਓ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇਖ ਰਹੇ ਹੋ ਕਿਸ ਢੰਗ ਦੇ ਨਾਲ ਇਹ ਸਿਲੰਡਰ ਫਟੇ ਨੇ ਤੇ ਧਮਾਕਾ ਕਿੰਨਾ ਜ਼ਬਰਦਸਤ ਹੋਵੇਗਾ ਜਿਸ ਨੇ ਇਸ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਹੈ ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਸਿਲੰਡਰ ਜਦੋਂ ਫਟੇ ਜਦੋਂ ਧਮਾਕਾ ਹੋਇਆ ਤਾਂ ਉਸ ਵੇਲੇ ਉੱਥੇ ਕੋਈ ਵੀ ਮੌਜੂਦ ਨਹੀਂ ਸੀ ਹਾਲਾਂਕਿ ਤਫਤੀਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਪਰ ਮੁੱਢਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੋਹਾਲੀ ਦੇ ਮੁੱਲਾਂਪੁਰ ਦੇ ਤੀੜਾ ਦੇ ਵਿੱਚ ਇਹ ਸਿਲੰਡਰ ਧਮਾਕਾ ਹੋਇਆ ਹੈ ਜਿਸ ਦੇ ਵਿੱਚ ਗੋਦਾਮ ਸੀ 8 ਤੋਂ 10 ਸਿਲੰਡਰ ਰੱਖੇ ਹੋਏ ਸੀ ਤੇ ਅਚਾਨਕ ਸਿਲੰਡਰ ਫਟ ਗਏ ਜਿਸ ਕਾਰਨ ਇਹ ਲੈਂਟਰ ਡਿੱਗ ਪਿਆ ਹੈ ਤਾਂ ਇਮਾਰਤ ਢਹਿ ਢੇਰੀ ਹੋਈ ਹੈ ਸਿਲੰਡਰ ਫਟੇ ਨੇ।